ਦੇਸ਼ ਦੁਨੀਆ ਦੇ ਰਾਜਨੀਤਿਕ ਸਮਾਜਿਕ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਮੈਂ ਨਿਤਿਕਾ ਲੈ ਕੇ ਹਾਜ਼ਰ ਹਾਂ ਅੱਜ ਦਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਸਿੱਧ ਤੇ ਸੀਨੀਅਰ ਪੱਤਰਕਾਰ ਗੁਰਮੀਤ ਪਲਾਹੀ ਜੀ। ਸਤਿ ਸ਼੍ਰੀ ਅਕਾਲ ਪਲਾਹੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਨਿਤਿਕਾ ਜੀ। ਪਲਾਹੀ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਮੇਰਾ ਪਹਿਲਾ ਸਵਾਲ ਹੈ ਕਿ ਅਲੀ ਤੇ ਬਲੀ ਦੇ ਮਾਮਲੇ 'ਚ ਯੋਗੀ ਅਤੇ ਮਾਇਆਵਤੀ ਦੀ ਜ਼ੁਬਾਨ ਬੰਦ ਕੀਤੀ ਗਈ ਹੈ। ਚੋਣ ਕਮਿਸ਼ਨ ਸੁਸਤ ਹੈ ਪਰ ਸੁਪਰੀਮ ਕੋਰਟ ਚੁਸਤ, ਕੀ ਹੋਰ ਨੇਤਾਵਾਂ ਦੀ ਵੀ ਜ਼ੁਬਾਨ ਬੰਦੀ ਹੋਵੇਗੀ? ਭਾਰਤ ਵਿੱਚ ਧਰਮ ਤੇ ਜਾਤ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਾਇਜ਼ ਨਹੀਂ ਗਿਣੀਆਂ ਜਾਂਦੀਆਂ ਜੀ। ਇਹ ਚੋਣ ਪ੍ਰਚਾਰ ਦਾ ਜੋ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਯੂਪੀ ਵਿੱਚ ਚੱਲ ਰਿਹਾ, ਅਸਲ ਵਿੱਚ ਇਹ ਫਿਰਕੂ ਆਧਾਰ ਤੇ ਵੋਟਾਂ ਮੰਗਣ ਦੀ ਸਿਆਸਤ ਦਾ ਆਗਾਜ਼ ਹੀ ਨਹੀਂ, ਇਸ ਦਾ ਅੰਤ ਤੱਕ ਵੀ ਪਹੁੰਚ ਗਿਆ। ਮਾਇਆਵਤੀ ਨੇ ਜਿਸ ਵੇਲੇ ਮੁਸਲਮਾਨਾਂ ਨੂੰ ਇਕੱਠੇ ਹੋ ਕੇ ਇੱਕ ਥਾਂ ਤੇ ਵੋਟਾਂ ਪਾਉਣ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ ਯੋਗੀ ਨੇ ਕਿਹਾ ਕਿ ਬਜਰੰਗ ਬਲੀ ਦੇ ਨਾਂ ਤੇ ਚਲੋ ਆਪਾਂ ਸਾਰੇ ਇਕੱਠੇ ਹੁੰਦੇ ਹਾਂ। ਇਹਦਾ ਮਤਲਬ ਹੈ ਕਿ ਦੋਹਾਂ ਫਿਰਕਿਆਂ ਦਾ ਧਰੁਵੀਕਰਨ ਕਰਨ ਦਾ ਯਤਨ ਉਹ ਵੱਖੋ ਵੱਖਰੀਆਂ ਪਾਰਟੀਆਂ ਵੱਲੋਂ ਹੋ ਰਿਹਾ। ਇਸ ਮਾਮਲੇ ਦੇ ਉੱਤੇ ਬਹੁਤ ਸਮਾਂ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਸੀ, ਪਰ ਚੋਣ ਕਮਿਸ਼ਨ ਜਿਵੇਂ ਕਿ ਇਸ ਤੇ ਸਾਰੇ ਮਾਮਲੇ ਨੂੰ ਅਸੀਂ ਪਿਛਲੀਆਂ ਪਹਿਲੇ ਫੇਜ਼ ਦੀਆਂ ਚੋਣਾਂ ਦੇ ਵਿੱਚ ਵੀ ਪਰਖਿਆ ਹੈ, ਇੱਕ ਪਾਸੜ ਜਿਹੀ ਕਾਰਵਾਈ ਕਰਦਾ ਨਜ਼ਰ ਆ ਰਿਹਾ। ਉਸਦੇ ਕੋਲ ਉਸ ਕਿਸਮ ਦੀ ਜ਼ਰੂਰਤ ਨਹੀਂ ਹੈ ਜਿਸ ਦੇ ਨਾਲ ਉਹ ਸਿਆਸਤਦਾਨਾਂ ਨੂੰ ਉਹਨਾਂ ਦਾ ਚਿਹਰਾ ਮੋਹਰਾ ਸਹੀ ਢੰਗ ਦੇ ਨਾਲ ਦਿਖਾ ਸਕੇ। ਸੋ ਸੁਪਰੀਮ ਕੋਰਟ ਨੇ ਬੜੇ ਸਖ਼ਤ ਸ਼ਬਦਾਂ ਵਿੱਚ ਚੋਣ ਕਮਿਸ਼ਨ ਦੇ ਕੰਮ ਦੇ ਉੱਤੇ ਟਿੱਪਣੀ ਵੀ ਕੀਤੀ ਹੈ ਔਰ ਨਾਲ ਦੀ ਨਾਲ ਇਹ ਕਿਹਾ ਕਿ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਫਿਰਕੂ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਨੇ ਉਹਨਾਂ ਨੂੰ ਦੀ ਜ਼ਬਾਨਬੰਦੀ ਕੀਤੀ ਜਾਏ, ਉਹਨਾਂ ਤੇ ਕੋਈ ਐਕਸ਼ਨ ਲਿਆ ਜਾਏ। ਸੋ ਚੋਣ ਕਮਿਸ਼ਨ ਨੇ 2-3 ਦਿਨ ਲਈ ਮੋਦੀ ਸਾਹਿਬ ਦੀ ਜਿਹੜੀ ਬਹੁਤ ਵੱਡਾ ਚੇਲਾ ਹੈ ਜੋਗੀ, ਉਸ ਦੀ ਜ਼ਬਾਨਬੰਦੀ ਕਰ ਦਿੱਤੀ ਹੈ। ਨਾਲ ਮਾਇਆਵਤੀ ਨੂੰ ਵੀ ਉਸਨੇ 3 ਦਿਨ ਲਈ ਇਹ ਕਹਿ ਦਿੱਤਾ ਹੈ ਕਿ ਉਹ ਕੋਈ ਵੀ ਭਾਸ਼ਣ ਨਹੀਂ ਦੇ ਸਕਦੇ। ਪਰ ਇਸਦੇ ਨਾਲ ਨਾਲ ਮੇਨਕਾ ਗਾਂਧੀ, ਜਿਸਨੇ ਪਿਛਲੇ ਦਿਨ ਹੀ ਬੜਾ ਇੱਕ ਵਿਵਾਦ ਪ੍ਰਸਤ ਬਿਆਨ ਦਿੱਤਾ ਸੀ ਆਪਣੇ ਹਲਕੇ ਦੇ ਵਿੱਚ ਕਿ ਖਾਸ ਤੌਰ ਤੇ ਮੁਸਲਮਾਨਾਂ ਦੇ ਮਾਮਲੇ ਦੇ ਵਿੱਚ, ਉਹਨਾਂ ਨੇ ਕਿਹਾ ਕਿ ਮੁਸਲਮਾਨ ਹੁੰਦਿਆਂ ਮੈਂ ਤੁਹਾਡੇ ਲਈ ਬਹੁਤ ਕੁਝ ਕਰਦੀ ਰਹੀ ਤੇ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਮੇਰੇ ਲਈ ਕੁਝ ਕਰੋ, ਤੇ ਜੇ ਤੁਸੀਂ ਨਹੀਂ ਕਰਦੇ ਤੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋਚਣਾ ਪਏਗਾ ਕਿ ਮੈਂ ਕੀ ਕਰਨਾ ਹੈ। ਇਸੇ ਤਰ੍ਹਾਂ ਆਜ਼ਮ ਖਾਨ ਸੋਸ਼ਲਿਸਟ ਪਾਰਟੀ ਦਾ ਬੜਾ ਵੱਡਾ ਲੀਡਰ ਹੈ, ਉਸਨੇ ਜਯਾ ਪ੍ਰਦਾ ਜਿਹੜੀ ਕਿ ਪਹਿਲਾਂ ਉਸਦੀ ਖਾਸਮ ਖਾਸ ਵੀ ਹੋਇਆ ਕਰਦੀ ਸੀ, ਇਸ ਵੇਲੇ ਉਹ ਹੋਰ ਪਾਰਟੀ ਵੱਲੋਂ ਚੋਣ ਲੜ ਰਹੀ ਆ, ਉਸਦੇ ਮਾਮਲੇ ਦੇ ਵਿੱਚ ਬੜੀਆਂ ਅਸ਼ਲੀਲ ਟਿੱਪਣੀਆਂ ਕੀਤੀਆਂ ਨੇ। ਉਸਨੇ ਉਸਦੇ ਅੰਡਰਵੀਅਰ ਤੱਕ ਜਿਹੜੀ ਗੱਲ ਹੈ ਉਸ ਮਾਮਲੇ ਤੇ ਵੀ ਉਹਦੇ ਬਾਰੇ ਇਹ ਗੱਲ ਕਹਿ ਦਿੱਤੀ ਜੇ ਇਸ ਮਾਮਲੇ ਦੇ ਉੱਤੇ ਜਿਹੜਾ ਔਰਤਾਂ ਦਾ ਕਮਿਸ਼ਨ ਹੈ ਉਸਨੇ ਵੀ ਟਿੱਪਣੀ ਕੀਤੀ ਹੈ ਔਰ ਹੁਣ ਚੋਣ ਕਮਿਸ਼ਨ ਨੇ ਵੀ ਉਸ ਮਾਮਲੇ ਦੇ ਉੱਤੇ ਉਸਦੇ ਏਦਾਂ ਦੇ ਵਾਧੂ ਬਿਆਨਾਂ ਦੇ ਉੱਤੇ ਰੋਕ ਹੀ ਨਹੀਂ ਲਗਾਈ, ਸਗੋਂ ਉਸਦੇ ਖਿਲਾਫ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਸੋ ਇਹ ਅਲੀ ਬਲੀ ਤੇ ਹਰਾ ਵਾਇਰਸ ਨਾਂ ਦੇ ਜਿਹੜੇ ਸ਼ਬਦ ਵਰਤੇ ਜਾ ਰਹੇ ਨੇ ਇਹ ਅਸਲ ਵਿੱਚ ਭਾਰਤ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਧੱਬਾ ਨੇ। ਨੇਤਾ ਲੋਕ ਕਿਸੇ ਵੀ ਢੰਗ ਦੇ ਨਾਲ ਆਪਣੇ ਹੱਕ ਦੇ ਵਿੱਚ ਵੋਟਾਂ ਲੈਣੀਆਂ ਚਾਹੁੰਦੇ ਨੇ ਤੇ ਇਹਨਾਂ ਵੋਟਾਂ ਲਈ ਉਹ ਧਰਮ ਵਾਲਾ ਜਿਹੜਾ ਕੁੰਡਾ ਹੈ ਉਸ ਨੂੰ ਵਰਤਣ ਦਾ ਯਤਨ ਕਰ ਰਹੇ ਨੇ। ਪਰ ਮੈਂ ਦੇਖਿਆ ਕਿ ਸੁਪਰੀਮ ਕੋਰਟ ਨੇ ਲਗਾਤਾਰ ਇਹ ਸਾਰੀ ਗੱਲ ਨੂੰ ਵਾਚਿਆ ਹੈ, ਵੇਖਿਆ ਹੈ, ਉਸ ਦੇ ਉੱਤੇ ਟਿੱਪਣੀਆਂ ਕੀਤੀਆਂ, ਸਖ਼ਤ ਟਿੱਪਣੀਆਂ ਕੀਤੀਆਂ ਨੇ ਔਰ ਆਪ ਸਿੱਧਾ ਦਖਲ ਨਾ ਦਿੰਦਿਆਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਭਾਰਤੀ ਲੋਕਤੰਤਰ ਦੀ ਰੱਖਿਆ ਲਈ ਧਰਮ ਤੇ ਜਾਤ ਦੀ ਜੋ ਸਿਆਸਤ ਹੋ ਰਹੀ ਹੈ ਉਸ ਨੂੰ ਬੰਦ ਕਰਨ ਦਾ ਯਤਨ ਕੀਤਾ ਜਾਏ। ਪਲਾਹੀ ਜੀ, ਵੱਧਦੇ ਹਾਂ ਅਗਲੇ ਸਵਾਲ ਵੱਲ ਕਿ ਕੈਪਟਨ ਨੇ ਇਲਜ਼ਾਮ ਲਗਾਇਆ ਕਿ ਧਾਰਮਿਕ ਮਾਮਲਿਆਂ ਤੇ ਮੋਦੀ ਪੰਜਾਬ ਨਾਲ ਬੇਇਨਸਾਫੀ ਕਰ ਰਹੇ ਨੇ। ਸੁਖਬੀਰ ਨੇ ਕਿਹਾ ਕਿ ਕੈਪਟਨ ਸ਼ਹੀਦਾਂ ਦੇ ਪਰਿਵਾਰਾਂ ਤੋਂ ਮਾਫੀ ਮੰਗਣ, ਕੀ ਹੈ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਗਮਾਂ ਦਾ ਮਾਮਲਾ? ਦੇਖੋ, ਸਾਡੇ ਮਾਨਯੋਗ ਕੈਪਟਨ ਸਾਹਿਬ ਆਪਣੇ ਰੇਮਿਆਂ ਕਾਰਨ ਜਲ੍ਹਿਆਂਵਾਲੇ ਬਾਗ ਦੇ ਵਿੱਚ ਉਸ ਸਮਾਗਮ ਵਿੱਚ ਨਹੀਂ ਸਨ ਜਾ ਸਕੇ ਜਿਹੜਾ ਸਮਾਗਮ ਦੇ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਹਾਜ਼ਰ ਸਨ ਜੀ।
ਉਸ ਉਪਰਾਸ਼ਟਰਪਤੀ ਵਾਲੇ ਸਮਾਗਮ ਦੇ ਵਿੱਚ ਜਿਵੇਂ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਲਿਖਿਆ ਸੀ ਕਿ ਇੱਕ ਸਾਂਝਾ ਸਮਾਗਮ ਕੀਤਾ ਜਾਏ ਭਾਰਤ ਦੀ ਸਰਕਾਰ ਵੱਲੋਂ ਤੇ ਪੰਜਾਬ ਦੀ ਸਰਕਾਰ ਵੱਲੋਂ, ਤੇ ਇਸ ਲਈ ਵੱਖਰੇ ਫੰਡ ਜਿਹੜੇ ਨੇ ਉਹ ਵੀ ਦਿੱਤੇ ਜਾਣ। ਲਗਭਗ 100 ਕਰੋੜ ਦੇ ਫੰਡ ਜਿਹੜੇ ਨੇ ਉਹ ਮੰਗੇ ਗਏ ਸਨ, ਪਰ ਮੋਦੀ ਦੀ ਸਰਕਾਰ ਨੇ ਇੱਕ ਨਵਾਂ ਪੈਸਾ ਵੀ ਨਹੀਂ ਦਿੱਤਾ। ਉਲਟਾ ਕੀ ਹੋਇਆ ਕਿ ਮੋਦੀ ਨੇ ਇਸ ਮਾਮਲੇ ਦੇ ਉੱਤੇ, ਕੈਪਟਨ ਸਾਹਿਬ ਦੀ ਗੈਰ ਹਾਜ਼ਰੀ ਦੇ ਮਾਮਲੇ ਦੇ ਉੱਤੇ ਸਵਾਲ ਉਠਾਏ, ਪਰ ਉਹ ਇਹ ਗੱਲ ਨੂੰ ਭੁੱਲ ਹੀ ਗਏ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਉਹ ਨੇਤਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਵੀ ਰਹੇ ਨੇ ਬਾਦਲ ਪਰਿਵਾਰ ਵਾਲੇ, ਉਹ ਵੀ ਇਹਨਾਂ ਸਮਾਗਮਾਂ ਵਿੱਚ ਨਹੀਂ ਆਏ। ਤੇ ਉਹਨਾਂ ਨੇ ਇੱਥੋਂ ਤੱਕ ਵੀ ਉਹਨਾਂ ਦੇ ਸਮਾਗਮ ਵਿੱਚ ਨਾ ਆਉਣ ਕਰਕੇ ਉਹਨਾਂ ਦੀ ਦੇਸ਼ ਭਗਤੀ ਦੇ ਮਾਮਲੇ ਦੇ ਉੱਤੇ ਕੈਪਟਨ ਸਾਹਿਬ ਦੇ ਉੱਤੇ ਸਵਾਲ ਖੜੇ ਕੀਤੇ। ਪਰ ਮੈਂ ਸਮਝਦਾ ਕਿ ਹਰ ਗੱਲ ਨੂੰ ਇਸ ਢੰਗ ਦੇ ਨਾਲ ਲੈ ਲੈਣਾ ਕਿ ਅਸੀਂ ਹੀ ਵੱਡੇ ਦੇਸ਼ ਭਗਤ ਹਾਂ, ਦੇਸ਼ ਦੇ ਵਿੱਚ ਹੋਰ ਲੋਕ ਜਿਹੜੇ ਨੇ ਜੇ ਉਹ ਥੋੜੀ ਬਹੁਤੀ ਵੀ ਭਾਜਪਾ ਦੇ ਜਾਂ ਸਰਕਾਰ ਦੇ ਖਿਲਾਫ਼ ਕੋਈ ਆਵਾਜ਼ ਉਠਾਉਂਦੇ ਨੇ ਜਾਂ ਗੱਲ ਕਰਦੇ ਨੇ ਤੇ ਉਹ ਦੇਸ਼ ਭਗਤ ਨਹੀਂ ਰਹਿ ਜਾਂਦੇ, ਉਹ ਵਿਰੋਧੀਆਂ ਦੀ ਲੜੀ ਦੇ ਵਿੱਚ ਵਿਰੋਧੀ ਦੇਸ਼ ਭਗਤ ਸ਼ਾਮਿਲ ਹੋ ਜਾਂਦੇ ਨੇ। ਸੋ ਇਸ ਮਾਮਲੇ ਦੇ ਉੱਤੇ ਕੈਪਟਨ ਸਾਹਿਬ ਨੇ ਵੀ ਬੜੀ ਵੱਡੀ ਟਿੱਪਣੀ ਕੀਤੀ ਹੈ ਕਿ ਮੋਦੀ ਸਾਹਿਬ ਨੇ ਤਾਂ ਬਾਬੇ ਨਾਨਕ ਦੇ ਮਾਮਲੇ ਦੇ ਉੱਤੇ ਜਿਹੜਾ ਕਰਤਾਰਪੁਰ ਲਾਂਘਾ ਬਣ ਰਿਹਾ ਉਸ ਮਾਮਲੇ ਦੇ ਉੱਤੇ, ਉਸ ਸਮਾਗਮਾਂ ਦੇ ਮਾਮਲੇ ਦੇ ਉੱਤੇ ਹਾਲੇ ਤੱਕ ਫੰਡ ਨਹੀਂ ਜਾਰੀ ਕੀਤੇ। ਇਹ ਆਪਣੇ ਆਪ ਦੇ ਵਿੱਚ ਬਾਬੇ ਨਾਨਕ ਨੂੰ ਜਿਹੜੀ ਸ਼ਰਧਾ ਸ਼ਰਧਾਂਜਲੀ ਦੇਣ ਵਾਲੀ ਗੱਲ ਹੈ ਜਾਂ ਉਹਨਾਂ ਦਾ ਜਨਮ ਸ਼ਤਾਬਦੀ ਵਾਲੇ ਮਾਮਲੇ ਦੇ ਉੱਤੇ 500 ਸਾਲਾ ਉਤਸਵ ਮਨਾਉਣ ਦੀ ਗੱਲ ਹੈ, ਉਸ ਦੇ ਵਿੱਚ ਮੋਦੀ ਸਰਕਾਰ ਦੇ ਜਿਹੜੀਆਂ ਅੰਦਰਲੇ ਭਾਵ ਨੇ ਉਹ ਇੱਕ ਅੜਿੱਕਾ ਬਣ ਕੇ ਸਾਬਤ ਹੋ ਰਹੇ ਨੇ। ਕੈਪਟਨ ਸਾਹਿਬ ਦਾ ਇਹ ਕਹਿਣਾ ਹੈ ਕਿ ਅਸਲ ਵਿੱਚ ਮੋਦੀ ਸਾਹਿਬ ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਨੇ, ਉਹ ਸਿੱਖ ਧਰਮ ਦੇ ਉਹਨਾਂ ਸਾਰੇ ਮਸਲਿਆਂ ਨੂੰ ਭੁੱਲ ਰਹੇ ਨੇ, ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ, ਉਲਟਾ ਸਿਰਫ ਤੇ ਸਿਰਫ ਉਹ ਹਿੰਦੂ ਧਰਮ ਦੀ ਗੱਲ ਕਰਦੇ ਨੇ। ਤੇ ਜਦੋਂ ਉਹ ਕਸ਼ਮੀਰ ਦੇ ਵਿੱਚ ਜਾਂਦੇ ਨੇ ਤੇ ਉੱਥੋਂ ਦੇ ਨੇਤਾਵਾਂ ਨੂੰ ਵੀ ਇਹ ਕਹਿੰਦੇ ਨੇ ਕਿ ਦੇਖੋ ਮੈਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਆਇਆ, ਮੈਂ ਵੱਡਾ ਦੇਸ਼ ਭਗਤ ਹਾਂ, ਇੱਥੋਂ ਵਾਲੇ ਜਿਹੜੇ ਦੂਸਰੇ ਲੀਡਰ ਨੇ ਮੈਂ ਇਹਨਾਂ ਨੂੰ ਦੇਸ਼ ਦੀ ਵੰਡ ਲਈ ਇਜਾਜ਼ਤ ਨਹੀਂ ਦੇ ਸਕਦਾ, ਇਹ ਦੇਸ਼ ਦੀ ਵੰਡ ਦੀ ਇਜਾਜ਼ਤ ਚਾਹੁੰਦੇ ਨੇ, ਦੋ ਭਾਰਤ ਬਣਾਉਣਾ ਚਾਹੁੰਦੇ ਨੇ। ਤੋ ਇਸ ਕਿਸਮ ਦੀਆਂ ਚੋਣਾਂ ਦੇ ਵਿੱਚ ਟਿੱਪਣੀਆਂ ਕਰਨੀਆਂ ਔਰ ਦੂਸਰੇ ਨੇਤਾਵਾਂ ਨੂੰ ਇਰੀਟੇਟ ਕਰਕੇ ਉਹਨਾਂ ਤੋਂ ਇਸ ਕਿਸਮ ਦੇ ਬਿਆਨ ਦਵਾਉਣੇ ਜਿਹੜੇ ਨੇ ਇਹ ਬਹੁਤ ਹੀ ਮੰਦਭਾਗੇ ਨੇ। ਅਸਲ ਵਿੱਚ ਫਿਰਕੂ ਪੱਧਰ ਤੇ ਜਿਸ ਢੰਗ ਦੇ ਨਾਲ ਦੇਸ਼ ਦੇ ਵਿੱਚ ਧਰੁਵੀਕਰਨ ਕਰਨ ਦੀ ਸਾਜਿਸ਼ RSS ਤੇ ਭਾਜਪਾ ਵੱਲੋਂ ਰਚੀ ਜਾ ਰਹੀ ਹੈ, ਮੋਦੀ ਸਾਹਿਬ ਉਸ ਦਾ ਬਹੁਤ ਵੱਡਾ ਹਿੱਸਾ ਨੇ ਔਰ ਕਾਂਗਰਸ ਵਾਲੇ ਤੇ ਇਹਨਾਂ ਦੇ ਵਿਰੋਧੀ ਧਿਰ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਇਸ ਚਿਹਰੇ ਮੋਹਰੇ ਨੂੰ ਨੰਗਾ ਕਰਨ ਲਈ ਸਾਹਮਣੇ ਆ ਰਹੇ ਨੇ। ਪਲਾਹੀ ਜੀ, ਰਾਹੁਲ ਨੇ ਕਿਹਾ ਕਿ 5 ਸਾਲਾਂ 'ਚ ਅੱਛੇ ਦਿਨਾਂ ਤੋਂ ਚੌਕੀਦਾਰ ਚੋਰ ਤੱਕ ਮੋਦੀ ਪਹੁੰਚ ਗਏ ਨੇ। ਸੁਪਰੀਮ ਕੋਰਟ ਨੇ ਚੌਕੀਦਾਰ ਚੋਰ ਦੇ ਬਿਆਨ ਤੇ ਰਾਹੁਲ ਨੂੰ ਨੋਟਿਸ ਜਾਰੀ ਕੀਤਾ, ਇਸ ਮਾਮਲੇ ਤੇ ਕੀ ਕਹਿਣਾ ਚਾਹੋਗੇ? ਅਸਲ ਵਿੱਚ ਇਹਨਾਂ ਦਿਨਾਂ ਵਿੱਚ ਜਦੋਂ ਕਿ ਚੋਣ ਪ੍ਰਚਾਰ ਚੱਲ ਰਿਹਾ, ਬਹੁਤ ਵੱਡੇ ਹਮਲੇ ਰਾਹੁਲ ਗਾਂਧੀ ਵੱਲੋਂ ਮੋਦੀ ਦੇ ਉੱਤੇ ਕੀਤੇ ਜਾ ਰਹੇ ਨੇ ਤੇ ਮੋਦੀ ਵੱਲੋਂ ਵੀ ਇਸ ਕਿਸਮ ਦੇ ਹਮਲੇ ਜਿਹੜੇ ਨੇ ਕਾਂਗਰਸ ਉੱਤੇ ਤੇ ਮੋਦੀ ਆਪਣੇ ਰਾਹੁਲ ਪਰਿਵਾਰ ਦੇ ਉੱਤੇ ਕੀਤੇ ਜਾ ਰਹੇ ਨੇ, ਗਾਂਧੀ ਪਰਿਵਾਰ ਦੇ ਉੱਤੇ। ਇਹ ਆਪਣੇ ਆਪ ਦੇ ਵਿੱਚ ਬੜੀ ਭਿਅੰਕਰ ਗੱਲ ਹੈ ਕਿ ਜਿਸ ਵੇਲੇ ਤੁਸੀਂ ਮੁੱਦਿਆਂ ਤੇ ਮਸਲਿਆਂ ਦੀ ਸਿਆਸਤ ਨੂੰ ਛੱਡ ਕੇ ਨਿੱਜੀ ਸਿਆਸਤ ਕਰਨ ਲੱਗਦੇ ਹੋ ਤੇ ਇਸ ਦੇ ਨਾਲ ਵੋਟਰਾਂ ਦਾ ਤੇ ਆਮ ਲੋਕਾਂ ਦਾ ਕੁਝ ਵੀ ਭਲਾ ਹੋਣ ਵਾਲਾ ਨਹੀਂ ਹੁੰਦਾ। ਰਾਹੁਲ ਗਾਂਧੀ ਤੇ ਪ੍ਰਿਅੰਕਾ ਦੋਹਾਂ ਨੇ ਇੱਕ ਵਿੱਢ ਕੇ ਸਿਆਸਤ ਚਲਾਈ ਹੋਈ ਹੈ ਔਰ ਉਹਨਾਂ ਨੇ ਮੋਦੀ ਦੇ ਉਹਨਾਂ ਸਾਰੇ ਮਾਮਲਿਆਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਕਿ 5 ਸਾਲਾਂ ਦੇ ਸਮੇਂ ਦੇ ਵਿੱਚ ਅੱਛੇ ਦਿਨਾਂ ਦੀ ਭਾਲ ਦੇ ਵਿੱਚ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋਏ ਨੇ, ਉਹਨਾਂ ਦੀ ਕੋਈ ਵੀ ਯੋਜਨਾ ਜਿਹੜੀ ਹੈ ਉਹ ਕਾਮਯਾਬ ਨਹੀਂ ਹੋ ਸਕੀ ਤੇ ਅਖੀਰ ਦੇ ਵਿੱਚ ਰਫੇਲ ਵਾਲੇ ਮਾਮਲੇ ਦੇ ਉੱਤੇ ਉਹਨਾਂ ਨੂੰ ਚੋਰ ਤੱਕ ਉਹ ਕਹਿੰਦੇ ਨੇ। ਇਸ ਮਾਮਲੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਆਪਣੀ ਕਿਸਮ ਦੀ ਵੱਖਰੀ ਰਾਏ ਦਿੱਤੀ ਸੀ, ਉਸ ਰਾਏ ਨੂੰ ਲੈ ਕੇ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਚੌਕੀਦਾਰ ਜਿਹੜਾ ਹੈ ਚੋਰ ਹੈ। ਅਸਲ ਵਿੱਚ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਦੇ ਵਿੱਚ ਜਦੋਂ ਕੋਈ ਰਿਟ ਆਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਿਸਮ ਦੀ ਕੋਈ ਗੱਲ ਨਹੀਂ ਕੀਤੀ, ਇਸ ਮਾਮਲੇ ਤੇ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਪਵੇਗਾ। ਤੋ ਕਾਂਗਰਸ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਇਸ ਗੱਲ ਦਾ ਜਵਾਬ ਦੇਵਾਂਗੇ। ਕੁਝ ਇੱਕ ਇਹੋ ਜਿਹੀਆਂ ਗੱਲਾਂ ਨੇ
ਰਫੇਲ ਵਾਲੇ ਮੁੱਦੇ ਦੇ ਉੱਤੇ ਜਿਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਬੜੀ ਗੰਭੀਰ ਹੈ, ਉਸਨੇ ਜਿਹੜੇ ਗੁਪਤ ਦਸਤਾਵੇਜ਼ ਸਨ ਉਹਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਇਸ ਕੰਮ ਨੂੰ ਕਿ ਉਹ ਅਸਲ ਗੁਪਤ ਦਸਤਾਵੇਜ਼ ਜਿਹੜੇ ਨੇ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੇ ਜਾ ਸਕਦੇ ਜਾਂ ਕੋਰਟ ਵਿੱਚ ਪੇਸ਼ ਕੀਤੇ ਜਾਣੇ ਵੀ ਨੇ ਤੇ ਉਹ ਪਬਲਿਕ ਨਹੀਂ ਹੋ ਸਕਦੇ, ਉਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਉਸਨਾਂ ਨੂੰ ਪਬਲਿਕ ਕਰਨ ਦਾ ਫੈਸਲਾ ਉਸ ਵੇਲੇ ਕੀਤਾ ਸੀ। ਸੋ ਇਸੇ ਮਾਮਲੇ ਦੇ ਉੱਤੇ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਸੀ। 22 ਤਰੀਕ ਨੂੰ ਤਰੀਕ ਰੱਖੀ ਗਈ ਹੈ ਇਸ ਮਾਮਲੇ ਤੇ ਰਾਹੁਲ ਗਾਂਧੀ ਨੂੰ ਸਪਸ਼ਟੀਕਰਨ ਦੇਣਾ ਪਵੇਗਾ। ਭਾਈ ਜੀ, ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਮਾਮਲਾ ਹਾਲ ਦੀ ਘੜੀ 'ਚ ਅਟਕ ਗਿਆ, ਕੀ ਸੱਜਣ ਕੁਮਾਰ ਨੂੰ ਜ਼ਮਾਨਤ ਮਿਲ ਸਕੇਗੀ? ਬੜੀ ਔਖੀ ਗੱਲ ਲੱਗਦੀ ਹੈ। ਹੁਣ ਵੀ ਸੁਪਰੀਮ ਕੋਰਟ ਦੇ ਵਿੱਚ ਜਿਸ ਵੇਲੇ ਉਸਨੇ ਜ਼ਮਾਨਤ ਦੀ ਅਰਜ਼ੀ ਪਾਈ ਹੈ ਜਿਹੜੀ ਕਿ ਵੱਖੋ ਵੱਖਰੀਆਂ ਥੱਲੇ ਵਾਲੀਆਂ ਅਦਾਲਤਾਂ ਦੇ ਵਿੱਚ ਫੇਲ ਹੋ ਗਈ ਸੀ, ਤਾਂ ਉਸ ਮਾਮਲੇ ਦੇ ਉੱਤੇ ਸਰਕਾਰ ਵੱਲੋਂ ਜੋ ਪੱਖ ਲਿਆ ਗਿਆ ਹੈ ਉਸਦੀ ਉਸ ਏਜੰਸੀ ਵੱਲੋਂ CBI ਵੱਲੋਂ ਕਿ ਇਹ ਗੱਲ ਤੈਅ ਹੋ ਚੁੱਕੀ ਹੈ ਕਿ ਸੱਜਣ ਕੁਮਾਰ ਇੱਕ ਗੁਰਦੁਆਰਾ ਸਾਹਿਬ ਨੂੰ ਨਸ਼ਟ ਕਰਨ ਲਈ ਮੋਹਰੀ ਦਾ ਰੋਲ ਅਦਾ ਕਰ ਰਿਹਾ ਸੀ। ਉਸ ਹਮਲੇ ਦੇ ਵਿੱਚ 5 ਸਿੰਘ ਜਿਹੜੇ ਨੇ ਮਾਰੇ ਗਏ ਸਨ ਔਰ ਉਸ ਕਤਲੇਆਮ ਦੇ ਵਿੱਚ ਜਿਹੜਾ ਕਿ ਦਿੱਲੀ ਦੇ ਵਿੱਚ ਵਾਪਰਿਆ ਜਿਸ ਦੇ ਵਿੱਚ ਬਹੁਤ ਲੋਕ ਮਾਰੇ ਗਏ ਸਨ, ਉਸ ਮਾਮਲੇ ਦੇ ਉੱਤੇ ਇਹਨਾਂ 5 ਸਿੱਖਾਂ ਦੀ ਸ਼ਨਾਖਤ ਕਰਦਿਆਂ ਜਿਹੜੀਆਂ ਗਵਾਹੀਆਂ ਪੇਸ਼ ਹੋਈਆਂ ਸਨ ਉਸ ਮਾਮਲੇ ਦੇ ਉੱਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਸੋ ਇਸ ਉਮਰ ਕੈਦ ਦੀ ਸਜ਼ਾ ਨੂੰ ਦੇ ਮਾਮਲੇ ਦੇ ਉੱਤੇ ਉਸਨੇ ਆਪਣੀ ਅਪੀਲ ਕੀਤੀ ਹੋਈ ਹੈ ਔਰ ਅਪੀਲ ਤੋਂ ਬਾਅਦ ਉਸਨੇ ਜ਼ਮਾਨਤ ਲੈਣ ਦੀ ਗੱਲ ਕੀਤੀ ਹੈ, ਪਰ ਸੁਪਰੀਮ ਕੋਰਟ ਨੇ ਹਾਲ ਦੀ ਕੜੀ ਸੁਣਵਾਈ 8 ਮਹੀਨੇ ਵਿੱਚ ਪਾ ਦਿੱਤੀ ਹੈ। ਪਰ ਨਾਲ ਇੱਕ ਗੱਲ ਕਹਿਣ ਵਾਲੀ ਹੈ ਕਿ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਹੋਰ ਬਹੁਤ ਸਾਰੇ ਕੇਸ ਨੇ ਜਿਹਨਾਂ ਵਿੱਚ ਸੱਜਣ ਕੁਮਾਰ ਦਾ ਨਾਮ ਵੱਜਦਾ। ਜਿਸ ਵੇਲੇ ਉਹ ਸਾਰੀਆਂ ਕਾਰਵਾਈਆਂ ਵੀ ਸਾਹਮਣੇ ਆਉਣਗੀਆਂ, ਉਹ ਕੇਸ ਵੀ ਅੱਗੋਂ ਚੱਲਣਗੇ, ਤਾਂ ਉਸ ਗੱਲ ਦੇ ਵਿੱਚ ਸੰਭਾਵਨਾ ਇਸ ਗੱਲ ਦੀ ਹੈ ਕਿ ਸੱਜਣ ਕੁਮਾਰ ਲੱਖ ਜ਼ਮਾਨਤਾਂ ਦੀਆਂ ਅਰਜ਼ੀਆਂ ਦੇ ਜਾਵੇ। ਹੁਣ ਤਾਂ ਸਾਰੀ ਉਮਰ ਉਸਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪੈਣਾ। ਭਲਾਈ ਜੀ, ਸਿੱਖ ਜਥੇਬੰਦੀਆਂ ਦਾ ਬਰਗਾੜੀ ਮੋਰਚੇ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ, ਕੀ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਇਨਸਾਫ ਮਿਲ ਸਕੇਗਾ? ਦੇਖੋ, ਇੱਕ ਗੱਲ, ਪੰਜਾਬ ਦੀ ਸਰਕਾਰ ਨੇ ਆਪਣੇ 2 ਮੰਤਰੀ ਭੇਜ ਕੇ ਇਸ ਮੋਰਚੇ ਦਾ ਜਿਹੜਾ ਪਹਿਲਾ ਪੜਾਅ ਹੈ ਉਸ ਨੂੰ ਖਤਮ ਕਰਨ ਲਈ ਅਪੀਲ ਕੀਤੀ ਸੀ। ਕੁਝ ਇੱਕ ਵਾਅਦੇ ਜਿਹੜੇ ਨੇ ਉਹ ਕੀਤੇ ਗਏ ਸਨ ਕਿ ਅਸੀਂ ਇਨਸਾਫ ਦੇਣ ਲਈ ਯਤਨ ਕਰਾਂਗੇ, ਸਾਡੇ ਵੱਲੋਂ ਸੈੱਟ ਬਣਾਈ ਗਈ ਹੈ, ਇਸ ਮਾਮਲੇ ਤੇ ਤੇਜ਼ੀ ਹੋਏਗੀ, ਕੋਰਟ ਦੇ ਵਿੱਚ ਕੇਸ ਪੇਸ਼ ਹੋਏਗਾ। ਇਸ ਦੇ ਨਾਲ ਨਾਲ ਉਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਪ੍ਰਕਿਰਿਆ ਜਿਹੜੀ ਹੈ ਚਾਲੂ ਕਰ ਦਿੱਤੀ ਜਾਏਗੀ। ਇਸ ਮਾਮਲੇ ਦੇ ਉੱਤੇ ਸੈੱਟ ਨੇ ਬਹੁਤ ਵੱਡਾ ਕੰਮ ਵੀ ਕੀਤਾ ਹੈ। ਸਿੱਖ ਜਥੇਬੰਦੀਆਂ ਇਸ ਮਾਮਲੇ ਦੇ ਉੱਤੇ ਬੜੀਆਂ ਨਿਰਾਸ਼ ਨਹੀਂ ਹਨ, ਸਗੋਂ ਸੰਤੁਸ਼ਟ ਹਨ ਕਿ ਅੱਛਾ ਕੰਮ ਜਿਹੜਾ ਹੈ ਸਿੱਟ ਨੇ ਕੀਤਾ ਹੈ। ਇੱਕ ਅਧਿਕਾਰੀ ਜਿਸ ਨੂੰ ਬਦਲ ਵੀ ਦਿੱਤਾ ਗਿਆ ਹੈ ਉਸਦੇ ਹੱਕ ਵਿੱਚ ਵੀ ਸਿੱਖ ਜਥੇਬੰਦੀਆਂ ਉਤਰੀਆਂ ਨੇ। ਪੰਜਾਬ ਦੀ ਸਰਕਾਰ ਨੇ ਵੀ ਉਸ ਪੁਲਿਸ ਅਫਸਰ ਦੀ ਬਦਲੀ ਦਾ ਵਿਰੋਧ ਕੀਤਾ ਹੈ ਚੋਣ ਕਮਿਸ਼ਨ ਦੇ ਕੋਲ ਔਰ ਰਾਸ਼ਟਰਪਤੀ ਤੱਕ ਵੀ ਇਸ ਮਾਮਲੇ ਤੇ ਪਹੁੰਚ ਕਰਨ ਦਾ ਯਤਨ ਪਿਆ ਹੈ। ਪਰ ਇੱਥੇ ਗੱਲ ਇਹ ਦੇਖਣ ਵਾਲੀ ਹੈ ਵੀ ਸਿੱਖ ਜਥੇਬੰਦੀਆਂ ਸਿੱਧੇ ਤੌਰ ਤੇ ਬਾਦਲ ਪਰਿਵਾਰ ਦਾ ਨਾਂ ਲੈਂਦੀਆਂ ਨੇ ਤੇ ਉਹਨਾਂ ਦਾ ਕਹਿਣ ਹੈ ਕਿ ਜਦ ਤੱਕ ਬਾਦਲ ਪਰਿਵਾਰ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ। ਸੋ ਇਸ ਕਰਕੇ ਦੂਸਰੇ ਪੜਾਅ ਦਾ ਜਿਹੜਾ ਉਹਨਾਂ ਨੇ ਮੋਰਚਾ ਹੈ ਉਹ ਖੋਲਿਆ ਹੈ। ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਮੁੜ ਕੇ ਫੇਰ ਮੋਰਚਾ ਉਸੇ ਢੰਗ ਦੇ ਨਾਲ ਹੋਏਗਾ। ਪਰ ਇੱਥੇ ਗੱਲ ਇਹ ਦੱਸਣ ਵਾਲੀ ਹੈ ਕਿ ਮੋਰਚੇ ਵਿੱਚ ਜਿਹੜੇ ਜਿਹੜੇ ਲੋਕ ਵੀ ਸ਼ਾਮਿਲ ਹੋਏ ਸਨ, ਜਿਨ੍ਹਾਂ ਨੇ ਹਮਾਇਤ ਵੀ ਕੀਤੀ ਸੀ, ਉਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਸਿਆਸਤ ਦੀ ਆੜ ਦੇ ਵਿੱਚ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਸਨ। ਖਹਿਰਾ ਸਾਹਿਬ ਨੇ ਆਪਣੇ ਢੰਗ ਨਾਲ ਉੱਥੇ ਸਿਆਸਤ ਕੀਤੀ, ਸਿੱਖ ਜਥੇਬੰਦੀਆਂ ਦੇ ਕੁਝ ਲੋਕ ਉੱਥੇ ਗਏ, ਉਹਨਾਂ ਨੇ ਵੀ ਸਿਆਸਤ ਕੀਤੀ, ਚੋਣਾਂ ਦੇ ਵਿੱਚ ਖੰਡ ਦੀ ਗੱਲ ਵੀ ਹੋਈ। ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਢੰਗ ਦੇ ਨਾਲ ਉੱਥੇ ਆਪਣੀਆਂ ਚਮਨੀਆਂ ਚਲਾਉਣ ਦਾ ਯਤਨ ਕੀਤਾ, ਹੁਣ ਫਿਰ ਉਹ ਚੋਣ ਮੈਦਾਨ ਵਿੱਚ ਨੇ। ਤੋ ਇਹ ਸਾਰਾ ਕੁਝ ਜਿਹੜਾ ਹੈ ਉਹ ਥੋੜਾ ਜਿਹਾ ਅਪਰਾਮ ਕਰਨ ਵਾਲਾ ਹੈ ਕਿ ਜਿਸ ਵੇਲੇ ਤੁਸੀਂ ਕਿਸੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਵੋ ਉਹ ਸੰਘਰਸ਼ ਨੂੰ ਸਿਰੇ ਲਾਉਣ ਦਾ ਯਤਨ ਕਰੋ,
ਉਸ ਦੇ ਵਿੱਚ ਸਿਆਸੀ ਲੋਕਾਂ ਦਾ ਦਖਲ ਜਿਹੜਾ ਜਿਸ ਢੰਗ ਦੇ ਨਾਲ ਪਹਿਲੇ ਪੜਾਅ ਦੇ ਵਿੱਚ ਹੋਇਆ ਹੈ, ਉਸ ਨੂੰ ਬੰਦ ਕਰਕੇ ਹੀ ਅੱਗੋਂ ਕੋਈ ਪ੍ਰਾਪਤੀ ਕੀਤੀ ਜਾ ਸਕਦੀ ਹੈ। ਤੇ ਉਹਨਾਂ ਲੋਕਾਂ ਦਾ ਆਪਸ ਵਿੱਚ ਜਿਹੜੇ ਖਾਸ ਤੌਰ ਤੇ ਲੀਡਰ ਉਸ ਵੇਲੇ ਪਹਿਲੇ ਪੜਾਅ ਦੀ ਇਸ ਮੁਹਿੰਮ ਨੂੰ ਚਲਾ ਰਹੇ ਸਨ, ਜਿਸ ਦਾ ਸਿੱਖ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ। ਦੇਖੋ, ਲੰਗਰ ਚਲਾਉਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਸੰਗਤਾਂ ਆਉਂਦੀਆਂ ਨੇ, ਉਹਨਾਂ ਦੇ ਲੰਗਰ ਦਾ ਪ੍ਰਬੰਧ ਹੁੰਦਾ ਹੈ, ਇਲਾਕੇ ਦੇ ਲੋਕ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ। ਵੈਸੇ ਤਾਂ ਲੰਗਰ ਦੀ ਪਰੰਪਰਾ ਪੰਜਾਬ ਦੇ ਵਿੱਚ ਮੈਂ ਸਮਝਦਾ ਸਿੱਖ ਸੰਗਤ ਦੇ ਵਿੱਚ ਬਹੁਤ ਬਹੁਤ ਪੁਰਾਣੀ ਹੈ। ਇਸ ਵੇਲੇ 7 ਲੱਖ ਲੋਕ 5,000 ਗੁਰਦੁਆਰਾ ਸਾਹਿਬਾਂ ਦੇ ਵਿੱਚ ਹਰ ਰੋਜ਼ ਲੰਗਰ ਛਕਦੇ ਨੇ, ਬਿਲਕੁਲ ਸਾਰੀ ਦੁਨੀਆ ਭਰ ਦੇ ਵਿੱਚ। ਤੋਂ ਇਸ ਮੋਰਚੇ ਵਿੱਚ ਵੀ ਲੰਗਰ ਦੀ ਤੋੜ ਨਹੀਂ ਆਈ, ਸੰਗਤਾਂ ਦੇ ਉਤਸ਼ਾਹ ਦੀ ਤੋੜ ਨਹੀਂ ਆਈ। ਤੇ ਜੇ ਤੋੜ ਕਿਸੇ ਗੱਲ ਦੀ ਆਈ ਹੈ, ਤੇ ਲੀਡਰਾਂ ਦੀਆਂ ਜਿਹੜੇ ਅੱਗੋਂ ਹੋ ਕੇ ਇਸ ਮੁਹਿੰਮ ਨੂੰ ਲੜਦੇ ਸਨ, ਉਹਨਾਂ ਦੀਆਂ ਬੇਈਮਾਨੀਆਂ ਦੀ ਤੋੜ ਆਈ ਹੈ, ਇਮਾਨਦਾਰੀ ਦੀ ਤੋੜ ਆਈ ਹੈ, ਉਹਨਾਂ ਦੇ ਆਪਣੇ ਢੰਗ ਨਾਲ ਇਸ ਮੁਹਿੰਮ ਨੂੰ ਵਰਤਣ ਦੇ ਕਾਰਨ ਉਹਨਾਂ ਦੇ ਉੱਤੇ ਦਾਗ ਲੱਗੇ ਨੇ। ਤੋ ਹੁਣ ਸਿਰਫ ਉਹੀ ਲੀਡਰ ਸਾਹਮਣੇ ਆਉਣੇ ਚਾਹੀਦੇ ਨੇ ਸਿੱਖ ਸੰਗਤ ਦੇ ਵਿੱਚੋਂ, ਜਿਹੜੇ ਅਸਲ ਮਹਿਣਿਆਂ ਦੇ ਵਿੱਚ ਕੋਟਕਪੂਰਾ ਕਾਂਡ ਜੋ ਵਾਪਰਿਆ, ਜੋ ਬਰਗਾੜੀ ਦਾ ਸਿਲਸਿਲਾ ਉੱਥੇ ਵਾਪਰਿਆ, ਗੁਰੂ ਸਾਹਿਬਾਨ ਦੀ ਜਿਸ ਦੇ ਢੰਗ ਦੇ ਨਾਲ ਬੇਹਰਮਤੀ ਹੋਈ, ਉਸ ਮਾਮਲੇ ਦੇ ਉੱਤੇ ਭਾਵੇਂ ਬਹੁਤ ਕੁਝ ਕੀਤਾ ਜਾ ਚੁੱਕਾ ਹੈ, ਪਰ ਅਸਲ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਸਕਿਆ, ਅਸਲ ਦੋਸ਼ੀਆਂ ਨੂੰ ਕਟਹਿਰੇ ਵਿੱਚ ਵੀ ਨਹੀਂ ਲਿਆਂਦਾ ਜਾ ਸਕਿਆ। ਜੀ ਪਲਾਹੀ ਜੀ, ਪਾਕਿਸਤਾਨ ਦੇ ਰੇਲ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ। ਕਿਹੋ ਜਿਹੀਆਂ ਤਿਆਰੀਆਂ ਨੇ ਭਾਰਤ ਦੇ ਵਿੱਚ ਬਾਬਾ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ? ਦੇਖੋ, ਪਾਕਿਸਤਾਨ ਵੱਲੋਂ ਬੜਾ ਉਤਸ਼ਾਹ ਮਿਲਿਆ ਬਾਬੇ ਨਾਨਕ ਦੇ ਮਾਮਲੇ ਦੇ ਵਿੱਚ। ਪ੍ਰਕਾਸ਼ ਉਤਸਵ ਜਿਹੜਾ ਹੈ, ਉਸ ਮਾਮਲੇ ਦੇ ਉੱਤੇ ਪਹਿਲਕਦਮੀ ਜਿਹੜੀ ਆ ਪਾਕਿਸਤਾਨ ਨੇ ਕੀਤੀ, ਭਾਰਤ ਨੇ ਪਿੱਛੇ ਹੋ ਕੇ ਉਸ ਨੂੰ ਅਗਾਂਹ ਤੋਰਨ ਦਾ ਯਤਨ ਕੀਤਾ। ਜਿਸ ਵੇਲੇ ਇਧਰਲੇ ਸਮਾਗਮ ਹੋਏ ਤੇ ਛਿੱਤਰੀ ਦਾਲ ਵੰਡਣ ਦੀ ਗੱਲ ਇੱਥੋਂ ਦੇ ਨੇਤਾਵਾਂ ਨੇ ਕੀਤੀ, ਇਹ ਆਪਣੇ ਆਪ ਦੇ ਵਿੱਚ ਭਾਰਤੀ ਸੱਭਿਆਚਾਰ, ਭਾਰਤੀ ਪਰੰਪਰਾਵਾਂ ਦੀ ਅਣਦੇਖੀ ਕਰਨ ਵਾਲੀ ਸਾਰੀ ਕਹਾਣੀ ਸੀ, ਤੇ ਨੇਤਾਵਾਂ ਵੱਲੋਂ ਆਪਣੇ ਢੰਗ ਦੇ ਨਾਲ ਇਹ ਸਾਰੇ ਕੁਝ ਨੂੰ ਹਾਈਜੈਕ ਕਰਨ ਦਾ ਮਸਲਾ ਸੀ। ਇਸੇ ਮਸਲੇ ਨੂੰ ਜੇ ਆਪਾਂ ਚੰਗੀ ਤਰ੍ਹਾਂ ਵਿਚਾਰੀਏ ਤਾਂ ਵੱਖੋ ਵੱਖਰੇ ਸਮੇਂ ਤੇ ਭਾਰਤ ਦੀ ਸਰਕਾਰ ਨੇ ਇੱਕ ਚੁਣ ਚਰਚਾ ਤਾਂ ਕੀਤੀ, ਇੱਕ ਦੂਜੇ ਤੇ ਦੂਸਰੀ ਸਰਕਾਰ ਤੇ ਇਲਜ਼ਾਮ ਲਾਉਣ ਦਾ ਯਤਨ ਤਾਂ ਕੀਤਾ, ਪਰ ਭਾਰਤ ਵੱਲ ਦੇ ਪਾਸੇ ਜੋ ਕੁਝ ਵੀ ਹਾਲੇ ਇਸ ਲਾਂਘੇ ਨੂੰ ਬਣਾਉਣ ਲਈ ਹੋਇਆ, ਉਸ ਨੂੰ ਸੰਤੁਸ਼ਟੀਜਨਕ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਉਧਰਲੇ ਪਾਸੇ 90% ਸੜਕ ਦਾ ਨਿਰਮਾਣ ਹੋ ਗਿਆ, ਬਹੁਤ ਸਾਰਾ ਕੰਮ ਕੀਤਾ ਜਾ ਚੁੱਕਾ। ਆਹ ਹੁਣ ਕਰਤਾਰਪੁਰ ਸਟੇਸ਼ਨ ਦੀ ਗੱਲ ਵੀ ਜਿਹੜੀ ਹੈ ਬਾਬੇ ਨਾਨਕ ਦੇ ਨਾਂ ਤੇ ਰੱਖਣ ਦੀ ਗੱਲ ਹੋ ਰਹੀ ਆ, ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਾਮਲੇ ਦੇ ਉੱਤੇ ਉਦਘਾਟਨ ਵੀ ਕਰਨਾ ਹੈ। ਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਕਮੇਟੀ ਵੀ ਬਣਾਈ ਗਈ ਇਸ ਕਰਤਾਰਪੁਰ ਲਾਂਘੇ ਦੇ ਸਮਾਗਮਾਂ, ਕਰਤਾਰਪੁਰ ਸਾਹਿਬ ਦੇ ਸਮਾਗਮਾਂ ਲਈ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਮਾਮਲੇ ਤੇ, ਉਹਨਾਂ ਦੇ ਵਿੱਚ ਇੱਕ ਦੋ ਖਾਲਿਸਤਾਨ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ, ਤੇ ਭਾਰਤ ਨੇ ਇਸ ਗੱਲ ਤੇ ਰੋਸ ਵੀ ਪ੍ਰਗਟ ਕੀਤਾ। ਇਸ ਤੋਂ ਵੀ ਅਗਲੀ ਗੱਲ ਕਿ ਪਾਕਿਸਤਾਨ ਵੱਲੋਂ ਇੱਕ ਹੋਰ ਗੱਲ ਵੀ ਹੋਈ ਕਿ ਕੱਲ ਰੈਫਰੈਂਡਮ 2020 ਦੇ ਮਾਮਲੇ ਦੇ ਉੱਤੇ ਰੋਕ ਲਾ ਦਿੱਤੀ ਗਈ ਕਿ ਉਹ ਇਸ ਕਿਸਮ ਦੀ ਕਿਸੇ ਵੀ ਸਰਗਰਮੀ ਨੂੰ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ, ਕਿਉਂਕਿ ਇਹ ਬੜਾ ਕੰਟਰੋਵਰਸ਼ੀਅਲ ਮਸਲਾ ਹੈ। ਸੋ ਪਾਕਿਸਤਾਨ ਵੱਲੋਂ ਲਗਾਤਾਰ ਘੱਟੋ ਘੱਟ ਉਸ ਸਮੇਂ ਤੱਕ ਜਦੋਂ ਤੱਕ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਉਤਸਵ ਨਹੀਂ ਮਨਾਇਆ ਜਾਂਦਾ, ਉਹ ਕਿਸੇ ਵੀ ਢੰਗ ਦੇ ਨਾਲ ਭਾਰਤ ਦੀ ਸਰਕਾਰ ਨੂੰ ਕਿਸੇ ਵੀ ਕਿਸਮ ਦੀ ਨਾਰਾਜ਼ਗੀ ਜਿਹੜੀ ਆ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਉਹਨਾਂ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਲਈ ਸ਼ਰਧਾ ਹੈ। ਭਾਵੇਂ ਕਿ ਬਹੁਤ ਸਾਰੇ ਸਵਾਲ ਵੀ ਉਹਨਾਂ ਦੀ ਇਹ ਸਾਰੀ ਕਾਰਗੁਜ਼ਾਰੀ ਦੇ ਉੱਤੇ ਉੱਠਦੇ ਨੇ ਕਿ ਕੀ ਸਿਰਫ ਉਹ ਬਿਜ਼ਨਸ ਦੇ ਹਿਸਾਬ ਦੇ ਨਾਲ ਹੀ ਇਸ ਨੂੰ ਤੇ ਨਹੀਂ ਕਰਨਾ ਚਾਹੁੰਦੇ, ਪਰ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਵੀ ਚਲੋ ਦੁਨੀਆਂ ਨੂੰ ਰੱਖਣ ਦੀ ਖਾਤਰ ਸਹੀ, ਉਹ ਬਾਬੇ ਨਾਨਕ ਦੇ 12 ਕਰੋੜ 11 ਕਰੋੜ ਦੁਨੀਆਂ ਭਰ ਵਿੱਚ ਫੈਲੇ ਹੋਏ ਪੈਰੋਕਾਰਾਂ ਨੂੰ ਸੰਤੁਸ਼ਟ ਕਰਨ ਲਈ ਆਪਣੇ ਵੱਲੋਂ ਹੀਲਾ ਬੁੱਤਾ ਕਰ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਪਾਕਿਸਤਾਨ ਦੇ ਲਈ ਸ਼ਾਬਾਸ਼ ਵਾਲੀ ਗੱਲ ਵੀ ਹੈ, ਪਰ ਭਾਰਤ ਦੀ ਸਰਕਾਰ ਵੱਲੋਂ ਜਿਹੜੀਆਂ ਹਾਲੇ ਜੋ ਕੁਝ ਕਰਨ ਵਾਲਾ ਹੈ ਉਸ ਦੇ ਵਿੱਚ ਤਰੁੱਟੀਆਂ ਨੇ। ਇਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜ਼ੋਰ ਤਾਂ ਦੋਹਾਂ ਪਾਸਿਆਂ ਦੇ ਪ੍ਰਧਾਨ ਮੰਤਰੀਆਂ ਦੇ ਦੁਆਲੇ ਹੈ,
ਜੀ ਸਿੱਧੇ ਸ਼ਬਦਾਂ ਵਿੱਚ ਕਹੀਏ ਵੀ ਉਸਦੀ ਟੱਕਰ ਦੋ ਪ੍ਰਧਾਨ ਮੰਤਰੀਆਂ ਨਾਲ ਹੈ। ਇਮਰਾਨ ਖਾਨ ਦੀ ਨੀਤ ਦੇ ਉੱਤੇ ਵੀ ਉਹ ਸ਼ੱਕ ਕਰਦੇ ਨੇ ਕਿਉਂਕਿ ਇਮਰਾਨ ਖਾਨ ਦੀ ਕਰਤਾਰਪੁਰ ਲਾਂਘੇ ਦੇ ਬਾਰੇ ਦੇ ਵਿੱਚ ਜੋ ਯੋਜਨਾ ਹੈ, ਅੰਦਰੂਨੀ ਯੋਜਨਾ ਹੈ, ਉਸ ਮਾਮਲੇ ਤੇ ਉਸ ਵੇਲੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਜਿਸ ਵੇਲੇ ਪੁਲਵਾਮਾ ਵਰਗਾ ਹਾਦਸਾ, ਪੁਲਵਾਮਾ ਵਰਗਾ ਕਾਂਡ ਜਿਹੜਾ ਹੈ ਵਰਤਾ ਹੈ ਔਰ ਅੱਤਵਾਦੀ ਲਗਾਤਾਰ ਇਹਨਾਂ ਸਰਗਰਮੀਆਂ ਦੇ ਵਿੱਚ ਸ਼ਾਮਿਲ ਹੋਏ ਰਹਿੰਦੇ ਨੇ। ਦੂਜੇ ਪਾਸੇ ਮੋਦੀ ਸਾਹਿਬ ਜਿਹੜੇ ਨੇ ਉਹ ਕਰਤਾਰਪੁਰ ਲਾਂਘੇ ਦੇ ਮਾਮਲੇ ਦੇ ਵਿੱਚ, ਬਾਬੇ ਨਾਨਕ ਦੇ ਇਸ ਮਹਾਨ ਪੁਰਬ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਫੰਡ ਰਿਲੀਜ਼ ਨਹੀਂ ਕਰ ਰਹੇ ਔਰ ਲਗਾਤਾਰ ਇਸ ਮਾਮਲੇ ਦੇ ਉੱਤੇ ਕੈਪਟਨ ਸਾਹਿਬ ਆਪਣੀ ਜ਼ੁਬਾਨ ਹੀ ਨਹੀਂ ਖੋਲਦੇ, ਲਿਖਤੀ ਤੌਰ ਤੇ ਵੀ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾ ਰਹੇ ਨੇ। ਬਿਲਕੁਲ ਪਲਾਹੀ ਜੀ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਪ੍ਰੋਗਰਾਮ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ ਨਿਤਿਕਾ ਜੀ। ਦੋਸਤੋ, ਮਿਲਦੇ ਹਾਂ ਅਗਲੀ ਵਾਰ ਤੇ ਸਾਂਝੀਆਂ ਕਰਾਂਗੇ ਕੁਝ ਹੋਰ ਅਹਿਮ ਖਬਰਾਂ ਤੁਹਾਡੇ ਨਾਲ, ਤੇ ਵੇਖਦੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ, ਓਨਲੀ ਔਨ ਗੱਲ ਪੰਜਾਬ ਦੀ ਟੀਵੀ।